ਨਡੇ YouTube ਚੈਨਲ ਸੋਸ ਰਬ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤਾਂ ਹਮ ਲੈ ਚੱਲਦੇ ਹਾਂ ਕਿ ਨਵੀਂ ਵੀਡੀਓ ਤੇ ਖਬਰ ਦੇ ਵੱਲ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਇਹ ਗੱਲ ਕਰਦੇ ਆਂ ਪੰਜਾਬ ਤੇ ਹਰਿਆਣੇ ਦੀਆਂ ਮੰਡੀਆਂ ਦੇ ਰੇਟ ਬਾਰੇ ਜੋ ਕਿ ਬਾਸਮਤੀ ਝੋਨੇ ਦਾ ਰੇਟ ਇਨ੍ਹਾਂ ਮੰਡੀਆਂ ਵਿੱਚ ਕਿਸ ਪ੍ਰਕਾਰ ਹੈ ਜਿਵੇਂ ਕਿ ਤੁਹਾਨੂੰ ਅਸੀਂ ਦੱਸਣ ਲੱਗੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਦੀਆਂ ਮੰਡੀਆਂ ਦੇ ਰੇਟ ਜੋ ਕਿ ਇਸ ਪ੍ਰਕਾਰ ਹਨ ਫਾਜਲ ਕਾ 1121 3281 ਅੰਬਰ ਤੇ ਸਰ 1509 ਦਾ ਰੇਟ 3040 ਬਡਲਾਡਾ 1121 3350 ਪੂਸਾ 1509 ਦਾ ਰੇਟ 2990 ਫਰੀਦਕੋਟ 1121 ਦਾ ਰੇਟ 3442 1509 ਦਾ ਰੇਟ 3002 ਜੋ ਕਿ ਹਰਿਆਣੇ ਦੀਆਂ ਮੰਡੀਆਂ ਦਾ ਰੇਟ ਇਸ ਪ੍ਰਕਾਰ ਰਿਹਾ ਜੋ ਕਿ ਉਹ ਤੁਹਾਨੂੰ ਅਸੀਂ ਦੱਸਣ ਲੱਗੇ ਆ ਪੂੰਦਰੀ ਵਿੱਚ 1121 3717 ਰੁਪਏ ਦੇ ਪ੍ਰਤੀ ਕਟੰਟਲ ਦੇ ਹਿਸਾਬ ਨਾਲ ਵਿਕਿਆ ਜੀਂਦ 1121 3700 ਰੁਪਏ ਦੇ ਹਿਸਾਬ ਨਾਲ ਵਿਕਿਆ ਪੀਵੀ1 ਦਾ ਰੇਟ 3000 ਦੇ ਲਗਭਗ ਜੋ ਕਿ ਹਰਿਆਣੇ ਦੀਆਂ ਮੰਡੀਆਂ ਵਿੱਚ ਦੱਸਿਆ ਜਾ ਰਿਹਾ ਹੈ ਟੁਹਾਨਾ 1121 3500 ਡੀਪੀ 14001 ਦਾ ਰੇਟ 3100 ਰੁਪਏ ਰੋहतक 1121 3700 ਰੁਪਏ ਪੂਸਾ 1509 ਦਾ ਰੇਟ 3050 ਰੁਪਏ ਫਤਿਹਬਾਦ 1121 ਦਾ ਰੇਟ 3400 ਪੂਸਾ 1509 ਦਾ ਰੇਟ 3120 ਡੀਪੀ 14001 ਦਾ 3344 ਸਰਸਾ ਪੀਵੀ1 ਦਾ ਰੇਟ 3085 1509 ਦਾ ਰੇਟ 3000 ਡੀਪੀ 1401 ਦਾ 3071 ਰੁਪਏ ਐਲਨਾਬਾਦ ਪੀਪੀ 1 ਦਾ ਰੇਟ 3170 ਡੀਪੀਏ 1401 ਦਾ ਰੇਟ 3200 ਰੁਪਏ 1509 ਦਾ ਰੇਟ 3000 ਰੁਪਏ ਰਤਿਆ ਪੀਵੀ 1 ਦਾ ਰੇਟ 3045 ਰੁਪਏ ਸੋ ਇਹ ਹਨ ਮੰਡੀਆਂ ਦੇ ਰੇਟ ਜੋ ਕਿ ਸੋਮਵਾਰ ਯਾਨੀ ਕਿ 22 10 2018 ਦੇ ਰੇਟ ਜੋ ਕਿ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਚੋਨਾ ਇਸ ਪ੍ਰਕਾਰ ਵਾਸਪਤੀ ਚੋਨਾ ਵਿਕਿਆ ਜੋ ਇਕੱਤਰ ਕੀਤੀ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਧੰਨਵਾਦ ਜੀ